ਅੱਜ ਹਾਈਟੈਕ ਗੱਡੀਆਂ ਦਾ ਜ਼ਮਾਨਾ ਹੈ ਅਤੇ ਮਹਿੰਗੀ ਤੋਂ ਮਹਿੰਗੀ ਐਸੀਆਂ ਗੱਡੀਆਂ ਆ ਰਹੀਆਂ ਨੇ ਜਿਨ੍ਹਾਂ ਨੂੰ ਸੇਫਟੀ ਫੀਚਰਸ ਦੇ ਨਾਲ ਲੈਸ ਕੀਤਾ ਜਾਂਦਾ ਹੈ ਤਾਂ ਕਿ ਤੁਸੀਂ ਸੁਰੱਖਿਅਤ ਰਹੋ ਅਤੇ ਤੁਹਾਡੀ ਗੱਡੀ ਵੀ ਸੁਰੱਖਿਅਤ ਰਹੇ, ਕਿਉਂਕਿ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾ ਰਹੀ ਆ ਉਵੇਂ ਉਵੇਂ ਜਿਹੜੇ ਹਾਈਟੈਕ ਚੋਰ ਨੇ ਉਹ ਵੀ ਮਾਰਕੀਟ ਦੇ ਵਿੱਚ ਲੱਭਦੇ ਨੇ ਜਿਹੜੇ ਤੁਹਾਡੀਆਂ ਗੱਡੀਆਂ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦੇ ਨੇ। ਤਾਂ ਐਸੇ ਹਾਲਾਤ ਦੇ ਵਿੱਚ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਆ, ਕਿਵੇਂ ਤੁਹਾਡੀ ਗੱਡੀ ਜਿਹੜੀ ਹੈ ਉਸ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ, ਬਚਾਇਆ ਜਾ ਸਕਦਾ ਇਹਨਾਂ ਚੋਰਾਂ ਤੋਂ, ਕਿਉਂਕਿ ਅਸੀਂ ਦੇਖਦੇ ਹਾਂ ਕਿ ਕਿਸੇ ਦੀ ਮਹਿੰਗੀ ਗੱਡੀ ਕਰੋੜਾਂ ਦੀ ਖੜੀ ਸੀ, ਕਿਸੇ ਦੀ ਲੱਖਾਂ ਦੀ ਖੜੀ ਸੀ ਤਾਂ ਗੱਡੀ ਤੜਕੇ ਨਜ਼ਰ ਨਹੀਂ ਆਉਂਦੀ। ਕਈ ਗੱਡੀਆਂ ਖੜੀਆਂ ਹੁੰਦੀਆਂ ਉਹਦੇ ਟਾਇਰ ਨਜ਼ਰ ਨਹੀਂ ਆਉਂਦੇ ਤਾਂ ਅਲੱਗ ਅਲੱਗ ਪਾਰਟਸ ਵੀ ਜਿਹੜੇ ਉਹ ਚੋਰੀ ਹੋ ਜਾਂਦੇ ਨੇ। ਤਾਂ ਪੂਰੇ ਇਸ ਵਿਸ਼ੇ 'ਤੇ ਗੱਲ ਕਰਾਂਗੇ, ਸਾਡੇ ਨਾਲ ਰਾਘਵ ਨੇ, ਰਾਘਵ ਆਟੋਮੋਟਿਵ ਐਕਸਪਰਟ ਨੇ ਔਰ ਬੜਾ ਟੈਕਨੀਕਲੀ ਚੀਜ਼ਾਂ ਨੂੰ ਸਮਝਦੇ ਨੇ। ਰਾਘਵ, ਜਿਹੜੀ ਮੈਂ ਗੱਲ ਕੀਤੀ ਕਿ ਜਿਵੇਂ ਜਿਵੇਂ ਟੈਕਨੋਲੋਜੀ ਆ ਰਹੀ ਹੈ ਕਿ ਅਸੀਂ ਤਾਂ ਫੀਲ ਕਰਦੇ ਕਿ ਲੈ ਮਹਿੰਗੀ ਗੱਡੀ ਲਈ ਹੈ, ਜਿਹੜਾ ਕੋਈ ਮਿਡਲ ਕਲਾਸ ਪਰਿਵਾਰ ਵਾਲਾ ਉਹਨੂੰ 15-20 ਲੱਖ ਵਾਲੀ ਗੱਡੀ ਲੱਗਦੀ ਹੈ ਕਿ ਯਾਰ ਵੀ ਮੈਂ ਪੂਰੀ ਸੇਫਟੀ ਫੀਚਰ ਆਈ ਲੈ ਲਈ, ਇਹ ਚੋਰੀ ਵੀ ਨਹੀਂ ਹੋਏਗੀ। ਕਈ ਭਾਈ ਵੱਡੇ ਬੰਦੇ ਨੇ ਉਹ ਕਰੋੜਾਂ ਵਾਲੀਆਂ ਵੀ ਲੈਂਦੇ ਨੇ ਅਤੇ ਪਰ ਗੱਡੀਆਂ ਉਹ ਵੀ ਚੋਰੀ ਹੋ ਜਾਂਦੀਆਂ। ਜੀ ਦੇਖੀਏ, ਬਿਲਕੁਲ ਸਹੀ ਬਾਤ ਹੈ, ਇਹ ਗਾੜੀ ਚੋਰੀ ਹੋਣਾ ਓਬਵੀਅਸਲੀ ਬਹੁਤ ਅਨਫੋਰਚੁਨੇਟ ਬਾਤ ਹੈ, ਬਟ ਬਹੁਤ ਐਸੀ ਚੀਜ਼ੇ ਹੈ ਜੋ ਕਾਰ ਜੋ ਮੈਨੂਫੈਕਚਰਸ ਹੈ ਉਹ ਅੱਜ ਕੀ ਡੇਟ ਮੇ ਗਾੜੀਓ ਮੇ ਦੇ ਰਹੇ ਹੈ, ਜਿਸਸੇ ਕਿ ਜਿਸੇ ਐਂਟੀ ਥੈਫ ਸੇਫਟੀ ਸਿਸਟਮਸ ਬੋਲਤੇ ਹੈ ਤੋ ਉਹ ਗਾੜੀਓ ਕੇ ਅੰਦਰ ਆ ਜਾਤੇ ਹੈ। ਜੋ ਮਹਿੰਗੀ ਗਾੜੀਆਂ ਹੋਤੇ ਉਨਕੇ ਅੰਦਰ ਕਨੈਕਟਿਡ ਫੀਚਰਸ ਵੀ ਆਨੇ ਲੱਗੇ ਹੈ ਅੱਜ ਕੱਲ੍ਹ, ਜਿਸਸੇ ਕਿ ਆਪ ਫੋਨ ਪੇ ਦੇਖ ਸਕਤੇ ਕਿ ਆਪਕੀ ਗਾੜੀ ਕਹਾਂ ਹੈ, ਕਿਤਨੀ ਸਪੀਡ ਪੇ ਚੱਲ ਰਹੀ ਹੈ, ਕਬ ਲਾਸਟ ਬੰਦ ਹੋਈ ਹੈ, ਕਹਾਂ ਆਪਨੇ ਪਾਰਕ ਕਰੀ ਹੈ, ਉਹ ਸਾਰੀ ਚੀਜ਼ੇ ਮਹਿੰਗੀ ਗਾੜੀਓ ਮੇ ਅੱਜ ਕੀ ਡੇਟ ਮੇ ਆ ਰਹੀ ਹੈ। ਯਹਾਂ ਤੱਕ ਕਿ ਜਿਨ ਗਾੜੀਓ ਮੇ ਨਹੀਂ ਵੀ ਆਤੀ, ਐਸੀ ਬਹੁਤ ਸਾਰੀ ਕੰਪਨੀਜ਼ ਹੈ ਜੋ ਆਪਕੋ ਐਸੀ ਡਿਵਾਈਸਿਸ ਦੇਤੇ ਹੈ ਜਿਸਸੇ ਕਿ ਆਪ ਦੇਖ ਸਕਤੇ ਹੋ ਕਿ ਆਪਕੀ ਗਾੜੀ ਐਕਚੁਅਲੀ ਹੈ ਕਹਾਂ। ਫੋਰ ਐਗਜ਼ਾਮਪਲ, ਮੰਨ ਲੀਜੀਏ ਆਪਕੀ ਕੋਈ ਪੁਰਾਣੀ ਗਾੜੀ ਹੈ, ਜੈਸੇ ਮਰਸੀਡੀਜ਼ ਕੀ ਅਗਰ ਹਮ ਬਾਤ ਕਰ ਲਈਏ ਵਾਲੀ, ਯੇ 2011-12 ਮਾਡਲ ਵਾਲੀ ਜੋ ਗਾੜੀਆਂ ਹੋਤੀ, ਇਨਕੇ ਅੰਦਰ ਉਹ ਕਨੈਕਟਿਡ ਕਾਰ ਵਾਲੀ ਫੈਸਿਲਿਟੀਜ਼ ਨਹੀਂ ਮਿਲਤੀ, ਬਟ ਐਸੀ ਬਹੁਤ ਕੰਪਨੀਜ਼ ਹੈ ਜੋ ਆਪਕੋ ਟਰੈਕਰਸ ਪ੍ਰੋਵਾਈਡ ਕਰਤੀ ਹੈ, ਜੋ ਕਿ ਯੂਜੁਅਲੀ ਗਾੜੀ ਕੇ ਅੰਦਰ ਐਸੀ ਜਗ੍ਹਾਏ ਲਗਾਏ ਜਾਤੇ ਹੈ ਜਹਾਂ ਪੇ ਬਹੁਤ ਛੁਪਾ ਕੇ ਲਗਾਇਆ ਜਾਤਾ ਹੈ, ਉਹ ਦਿਖਤਾ ਨਹੀਂ ਹੈ। ਐਂਡ ਅਗਰ ਆਪਕੀ ਗਾੜੀ ਭਗਵਾਨ ਨਾ ਕਰੇ ਕਭੀ ਚੋਰੀ ਹੋ ਵੀ ਜਾਏ ਤੋ ਵੀ ਆਪ ਦੇਖ ਸਕਤੇ ਕਿ ਉਹ ਚੀਜ਼ ਹੈ ਕਹਾਂ। ਪਹਿਲੀ ਬਾਤ ਤੋ ਯੇ ਤੋ ਤਬ ਆ ਜਾਤਾ ਹੈ ਅਗਰ ਆਪਕੀ ਗਾੜੀ ਚੋਰੀ ਹੋ ਜਾਏ। ਦੂਸਰੀ ਬਾਤ ਯੇ ਹੈ ਕਿ ਚੋਰੀ ਨਾ ਹੋਏ ਉਸਕੋ ਪ੍ਰੀਵੈਂਟ ਕਰਨੇ ਕੇ ਲਈ ਬਹੁਤ ਐਸੀ ਫੀਚਰਸ ਆਤੇ ਹੈ, ਜੈਸੇ ਕਿ ਇੰਜਨ। ਮੈਂ ਚਾਹੂੰਗਾ ਤੁਸੀਂ ਗੱਡੀ ਦੇ ਨਾਲ ਸਮਝਾਈ ਜਾਓ, ਨਾਲੇ ਸਾਨੂੰ ਗੱਡੀ ਦੇ ਫੀਚਰਸ ਜੀ ਜੀ ਬਿਲਕੁਲ ਅੰਦਰੋਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਕਿਵੇਂ ਕਿਵੇਂ ਗੱਡੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਲੱਗੀਆਂ ਹੁੰਦੀਆਂ। ਆਪਾਂ ਇਹ ਗੱਡੀ ਨੂੰ ਐਗਜ਼ਾਮਪਲ ਦੇ ਤੌਰ ਤੇ ਦੇਖ ਲੈਂਦੇ ਹਾਂ ਕਿ ਇਹਦੇ ਵਿੱਚ ਕੀ ਕੁਝ ਹੈ, ਕਿਵੇਂ ਕਿਵੇਂ ਸਿਸਟਮ ਜਿਹੜਾ ਉਹ ਲਾਇਆ ਗਿਆ, ਤਾਂ ਕੋਸ਼ਿਸ਼ ਕਰਦੇ ਹਾਂ। ਅੱਛਾ, ਇਸ ਗੱਡੀ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਇਹ ਗੱਡੀ ਦੇਖਣ ਨੂੰ ਵੀ ਮਹਿੰਗੀ ਗੱਡੀ ਹੈ, ਇਹ ਗੱਡੀ ਪੂਰੀ ਸੇਫ ਹੈ। ਜੀ ਹਾਂਜੀ ਬਿਲਕੁਲ, ਐਸਾ ਮੈਂ ਮਾਨਣਾ ਚਾਹੂੰਗਾ ਕਿ ਇਹ ਗਾੜੀ ਸੇਫ ਹੈ, ਕਿਉਂਕਿ ਇਸ ਕੇ ਅੰਦਰ ਫਰੋਮ ਫੈਕਟਰੀ ਹੀ ਐਸੀ ਬਹੁਤ ਸਾਰੀ ਚੀਜ਼ੇ ਆਤੀ ਹੈ। ਫੋਰ ਐਗਜ਼ਾਮਪਲ, ਇਸ ਕੇ ਅੰਦਰ ਇੱਕ ਇੰਜਨ ਇਮੋਬਲਾਈਜ਼ਰ ਕਰਕੇ ਇੱਕ ਚੀਜ਼ ਆਤੀ ਹੈ, ਜਿਸਕਾ ਮਤਲਬ ਇਹ ਹੈ ਕਿ ਅਗਰ ਗਾੜੀ ਕੀ ਚਾਬੀ ਜੋ ਇਸ ਗਾੜੀ ਕੀ ਚਾਬੀ ਹੈ ਅਗਰ ਵੋ ਇਸ ਗਾੜੀ ਮੇ ਨਾ ਹੋ ਤੋ ਇਹ ਗਾੜੀ ਕਾ ਇੰਜਨ ਸਟਾਰਟ ਹੀ ਨਹੀਂ ਹੋਗਾ। ਔਰ ਵੋ ਸਿਰਫ ਔਰ ਸਿਰਫ ਯੇ ਨਹੀਂ ਹੈ ਕਿ ਆਪਕੀ ਚਾਬੀ ਕਾ ਡਿਜ਼ਾਈਨ ਕੁਛ ਐਸਾ ਆਏਗੀ ਤਭੀ ਉਹ ਗਾੜੀ ਸਟਾਰਟ ਹੋ ਰਹੀ ਹੈ। ਇਸ ਗਾੜੀ ਕੇ ਅੰਦਰ ਇਲੈਕਟ੍ਰੋਨਿਕਸ ਹੋਤੇ ਹੈ ਜੋ ਕਿ ਹਰ ਚਾਬੀ ਕੇ ਅੰਦਰ ਡਿਫਰੈਂਟ ਹੋਤੇ ਹੈ। ਮੰਨ ਲੀਜੀਏ ਇਸੀ ਮਾਡਲ ਕੀ ਕੋਈ ਔਰ ਗਾੜੀ ਵੀ ਹੋਗੀ, ਉਸਕੇ ਇਲੈਕਟ੍ਰੋਨਿਕਸ ਡਿਫਰੈਂਟ ਹੋਗੇ। ਅੱਛਾ, ਤੁਸੀਂ ਕਿਹਾ ਕਿ ਗੱਡੀ ਸਟਾਰਟ ਹੀ ਨਹੀਂ ਹੁੰਦੀ, ਫਿਰ ਉਹ ਕੌਣ ਲੋਕ ਨੇ ਜਿਹੜੇ ਇਹਨੂੰ ਸਟਾਰਟ ਕਰਕੇ ਚੋਰੀ ਕਰਕੇ ਲੈ ਜਾਂਦੇ ਆ, ਫਿਰ ਉਹ ਕਿੱਦਾਂ ਕਰਦੇ ਆ, ਉਹ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ? ਸਰ ਦੇਖੀਏ, ਐਸਾ ਹੈ ਕਿ ਹਰ ਗਾੜੀ ਕੇ ਅੰਦਰ ਨਾ ਜੋ ਚਾਬੀ ਸਮਾਰਟ ਕੀਸ ਜਿਨਕੋ ਹਮ ਬੋਲਤੇ ਹੈ, ਉਨ ਸਮਾਰਟ ਕੀਸ ਕੇ ਅੰਦਰ ਇੱਕ ਇਲੈਕਟ੍ਰੋਨਿਕ ਸਿਗਨਲ ਹੋਤਾ ਹੈ ਜੋ ਉਹ ਗਾੜੀ ਕੇ ਸਾਥ ਮੈਚ ਕਰਤੇ ਹੈ। ਅਗਰ ਉਹ ਮੈਚ ਹੋ ਜਾਤਾ ਹੈ ਤੋ ਉਹ ਗਾੜੀ ਸਟਾਰਟ ਹੋਗੀ, ਵਰਨਾ ਨਹੀਂ ਹੋਗੀ। ਅਬ ਜੈਸੇ ਪੁਰਾਣੀ ਗਾੜੀ ਮਗਰ ਹਮ ਬਾਤ ਕਰੇ ਚਾਬੀ ਕੀ, ਚਾਬੀ ਕਾ ਡਿਜ਼ਾਈਨ ਅਗਰ ਸੇਮ ਹੋਤਾ ਤੋ ਉਹ ਸਟਾਰਟ ਹੋ ਜਾਤੀ ਥੀ, ਵਰਨਾ ਨਹੀਂ ਹੋਤੀ ਥੀ। ਤੋ ਵੈਸੇ ਹੀ ਅਗਰ ਇਲੈਕਟ੍ਰੋਨਿਕ ਸਿਗਨਲਸ ਮੈਚ ਹੋ ਜਾਏ
तो वो गाड़ी स्टार्ट हो जाएगी। तो आज की डेट में जो बहुत हाई टेक चोर जिनको हम बोलेंगे, वो क्या करते हैं, वो आपकी गाड़ी के सिग्नल को मैच करने की कोशिश करेंगे। तो फॉर एग्जांपल मान लीजिए मैं यहाँ से गाड़ी को बंद लॉक करके मैं चला जाता हूँ, तो वो लॉक जब मैंने किया तो वो जो फ्रीक्वेंसी चाबी ने उस टाइम पे भेजी गाड़ी को लॉक करने के लिए, वो फ्रीक्वेंसी रिकॉर्ड हो जाती है। तो वो एक बार अगर फ्रीक्वेंसी रिकॉर्ड हो जाए, उसको हम वो रीमैच करना थोड़ा मुश्किल होता है, बट हाईटेक चोर कर लेते हैं। अच्छा, ਜਦੋਂ ਤੁਸੀਂ ਗੱਡੀ ਨੂੰ ਲੌਕ ਕਰਕੇ ਉੱਥੇ ਜਾਣ ਲੱਗਦੇ ਆ, ਤੇ ਇਹਦਾ ਮਤਲਬ ਉਸ ਵੇਲੇ ਤੁਹਾਡੇ ਆਸ-ਪਾਸ ਉਹ ਹੁੰਦੇ ਆ ਕਿਤੇ? ਹਾਂਜੀ ਹਾਂਜੀ ਬਿਲਕੁਲ, ਮਤਲਬ ਬਹੁਤ ਐਸੇ ਚਾਂਸਿਸ ਆ ਕਿ ਹਾਂ ਉਹ ਉਸ ਟਾਈਮ ਆਸ-ਪਾਸ ਹੋਣਗੇ। ਬਟ ਅਗਰ ਆਸ-ਪਾਸ ਆਪਣੇ ਲੌਕ ਨਹੀਂ ਵੀ ਕਰੀ, ਅਗਰ ਆਪਕੀ ਚਾਬੀ ਆਪਕੇ ਆਸ-ਪਾਸ ਹੈ, ਤੋ ਵੋ ਉਸ ਟਾਈਮ ਪਰ ਵੀ ਸਮਾਰਟ ਕੀਜ਼ ਸਿਗਨਲਸ ਕੰਟੀਨਿਊਸਲੀ ਭੇਜਤੀ ਹੀ ਰਹਤੇ ਹੈ। ਜਿਸ ਮੇਂ ਆਪਨੇ ਸੁਣਾ ਹੋਗਾ ਕੀਲੈਸ ਐਂਟਰੀ ਨਾਮ ਕੀ ਇੱਕ ਫੀਚਰ ਆਤਾ ਹੈ ਅੱਜਕਲ। ਕੀਲੈਸ ਐਂਟਰੀ ਮੇ ਆਪਕੋ ਨਾ ਬਟਨ ਦਬਾਨੇ ਕੀ ਜ਼ਰੂਰਤ ਹੈ, ਜੈਸੀ ਗਾੜੀ ਚਾਬੀ ਕੇ ਪਾਸ ਆਈ ਆਪਣੇ ਆਪ ਗਾੜੀ ਅਨਲੌਕ ਹੋ ਜਾਤੀ ਹੈ। तो वो इसीलिए होता है क्योंकि चाबी 24 घंटे ही वो सिग्नल्स भेज रही होती है। तो अगर उस सिग्नल को किसी ने कैप्चर करके उसको कॉपी कर लिया, तो इसको चोरी करना थोड़ा आसान हो जाता है। अच्छा, फिर उन्होंने किवें बचाया जा सकता? जो तुसी कहा कि बड़ी वड्डी गल दसी तुसी कि जे चाबी मान लो सामने दुकान तक आप गए हैं, गड्डी अपने सिग्नल तो दे रही है, तो वह उस वेले ये भी ध्यान रखना पड़ेगा कि गड्डी के आस पास कोई बंदा घूम रहा है ਜਾਂ ਉੱਥੇ ਕੋਈ ਬੰਦਾ ਕੁਛ ਇਦਾਂ ਦੀ ਕੋਈ ਐਕਟੀਵਿਟੀ ਤਾਂ ਨਹੀਂ ਕਰ ਰਿਹਾ? ਜੀ ਜੀ ਬਿਲਕੁਲ। ਤੋ ਉਸਮੇ ਕਿਆ ਹੋਤਾ ਹੈ, ਦੋ ਤਿੰਨ ਚੀਜ਼ਾਂ ਆਤੀ ਹੈ ਅੱਜ ਕੀ ਡੇਟ ਮੇਂ। ਐਮਾਜ਼ੋਨ ਪੇ ਵੀ ਆਪਕੋ ਬਹੁਤ ਆਰਾਮ ਸੇ ਮਿਲ ਜਾਏਗੀ, ਜੋ ਵੀ ਆਪਣੀ ਆਨਲਾਈਨ ਸ਼ੋਪਿੰਗ ਵੈਬਸਾਈਟਸ ਹੋਤੀ ਹੈਂ, RFID ਪੋਕਿਟਸ ਆਤੀ ਹੈਂ, ਤੋ ਉਸਕੇ ਅੰਦਰ ਅਗਰ ਆਪ ਚਾਬੀ ਕੋ ਰਖ ਲੇਂਗੇ ਨਾ, ਉਸਸੇ ਆਪਕਾ ਜੋ ਸਿਗਨਲ ਹੈ ਵੋ ਬਲੌਕ ਹੋ ਜਾਤਾ ਹੈ, ਤੋ ਵੋ ਉਸ ਵਾਲਿਟ ਕੇ ਬਾਹਰ ਵੋ ਸਿਗਨਲ ਜਾਏਗਾ ਨਹੀਂ। ਅੱਛਾ, ਮਤਲਬ ਹੁਣ ਇਹ ਦੁਬਾਰਾ ਇੱਕ ਵਾਰੀ ਦੱਸ ਦਿਓ, ਕਿਉਂਕਿ ਜਿਹੜੇ ਲੋਕ ਦੇਖ ਰਹੇ ਨੇ ਤਾਂ ਉਹ ਜਿਨ੍ਹਾਂ ਦੀ ਗੱਡੀ ਜਿਹੜੀ ਹੈਗੀ ਵਾਇਰਲੈਸ ਕੀ ਹੈ ਜਿਨ੍ਹਾਂ ਕੋਲੇ, ਤਾਂ ਉਹ ਕਾਹਦੇ ਵਿੱਚ ਚਾਬੀ ਨੂੰ ਰੱਖਣ ਫਿਰ ਸੇਫ ਹੋਏਗਾ? RFID की होल्डर्स आते हैं, तो उससे क्या होता है, आपका जो गाड़ी का जो सिग्नल होता है वो बहुत वीक हो जाता है। तो अगर आपकी गाड़ी की चाबी बिल्कुल मतलब आप लगाओ कि 2-3 फीट के अंदर अंदर, तभी सिर्फ अनलॉक होता है, वरना वो दूर से अनलॉक करने कर नहीं पाता। उसके बीच हमेशा उस पाके रखो। हाँ जी, वो सबसे सेफ, उस मतलब आपकी सेफ्टी सबसे ज्यादा रहेगी अगर आप RFID की पॉकेट्स रख लें। एक चीज और समझाओ, कितनी दूर वो चाबी अगर रहेगी तो खतरे दे, आप कह दिए खतरे दे बीच बीच आओ। सर देखिए, वैसे तो 5-6 फीट होता है यूजुअली, बट कई लोग एंटीना बूस्टर्स लगा लेते हैं, मतलब चोर जो होते हैं वो एंटीना बूस्टर्स यूज करके वो एंटीना की कैप्चर दूर से भी कर सकते हैं। तो इसीलिए RFID पॉकेट्स अगर आपके पास होंगी तो वो एंटीना को इतना बूस्ट नहीं करने देती, उसको ब्लॉक कर देती है। अच्छा, एक तो ये हो गया कि रिमोट वाली की है, जड़ी रिमोट वाली नहीं वायरलेस की आप कहने है ना, इस तो अलावा ਜਿਹੜੀ ਚਾਬੀ ਵਾਲੀਆਂ ਗੱਡੀਆਂ ਨੇ ਉਹ ਕਿੱਦਾਂ ਫਿਰ ਚੋਰੀ ਹੋ ਜਾਂਦੀ? ਜਿੱਦਾਂ ਕਰੇਟਾ ਟਾਈਪ ਗੱਡੀਆਂ ਦੀ ਬੜੀ ਆ ਰਹੀ ਹੈ ਕਿ ਕਰੇਟਾ ਬੜੀ ਜਲਦੀ ਚੋਰੀ ਕੀਤੀ ਜਾ ਰਹੀ ਹੈ, ਤਾਂ ਫਿਰ ਸਾਡੇ ਵਰਗਾ ਤਾਂ ਇਹ ਫੀਲ ਕਰਦਾ ਗੱਡੀ ਬਾਹਰ ਖੜੀ ਹੈ, ਚਾਬੀ ਆਪਣੀ ਅੰਦਰ ਪਈ ਹੈ, ਲੌਕ ਕੀਤੀ ਹੋਈ ਹੈ, ਕੋਈ ਡਰ ਹੀ ਨਹੀਂ, ਉਹ ਕਿੱਦਾਂ ਚੋਰੀ ਕਰਦੇ ਫਿਰ? ਸਰ ਦੇਖੀਏ, ਚਾਹੇ ਆਪਕੀ ਗਾੜੀ ਕੀਲੈਸ ਹੋ, ਚਾਹੇ ਸਮਾਰਟ ਕੀ ਹੋ, ਚਾਹੇ ਨਾ ਹੋ, ਜਿਨ ਵੀ ਗਾੜੀਓ ਮੇਂ ਸੈਂਟਰ ਲੌਕਿੰਗ ਹੋਤੀ ਹੈ, ਉਸਕੇ ਅੰਦਰ ਵੋ ਵਾਲਾ ਜੋ ਮੈਂ ਆਪਕੋ ਸਿਗਨਲ ਕੀ ਬਾਤ ਕਰ ਰਹਾ ਥਾ ਨਾ, ਜੋ ਇੰਜਨ ਮੋਬਲਾਈਜ਼ਰ ਵਾਲਾ ਸਿਗਨਲ ਹੋਤਾ ਹੈ, ਵੋ ਸਭ ਚਾਬੀਓ ਮੇਂ ਅੱਜ ਕੀ ਡੇਟ ਮੇਂ ਆਤਾ ਹੈ। ਤੋ ਅਗਰ ਆਪ ਚਾਹੇ ਚਾਬੀ ਆਪ ਘੁਮਾ ਰਹੇ ਹੈ, ਚਾਹੇ ਆਪ ਸਿਰਫ ਚਾਬੀ ਕੋ ਸਟਾਰਟ ਸਟੋਪ ਬਟਨ ਸੇ ਔਨ ਕਰ ਰਹੇ ਹੈ, ਵੋ ਉਸ ਚਾਬੀ ਮੇਂ ਅਗਰ ਸੈਂਟਰ ਲੌਕਿੰਗ ਹੈ, ਅਗਰ ਆਪਕੀ ਗਾੜੀ ਮੇਂ ਸੈਂਟਰ ਲੌਕਿੰਗ ਹੈ, ਤੋ ਵੋ ਵਾਲਾ ਸਿਗਨਲ ਉਸ ਗਾੜੀ ਮੇਂ ਮੈਚ ਹੋਣਾ ਜ਼ਰੂਰੀ ਹੈ, ਤਭੀ ਇੰਜਨ ਸਟਾਰਟ ਹੋਗਾ, ਐਸੇ ਸਟਾਰਟ ਨਹੀਂ ਹੋਗਾ। ਤੋ ਜੋ ਕਿ ਮੈਂ ਜੈਸੇ ਕਿ ਮੈਂ ਆਪਕੋ ਬਤਾਇਆ, ਵੋ ਵੀ ਕਾਪੀ ਕਰਨਾ ਆਸਾਨ ਹੋ ਜਾਤਾ ਹੈ ਅੱਜ ਕੀ ਡੇਟ ਮੇਂ ਹਾਈਟੈਕ ਥੀਫ ਸੇ, ਬਟ ਮਤਲਬ ਉਸਕੋ ਕਰਨਾ ਬਹੁਤ ਮਤਲਬ ਪਹਿਲੇ ਸੇ ਤੋ ਬਹੁਤ ਜ਼ਿਆਦਾ ਮੁਸ਼ਕਿਲ ਹੋ ਚੁੱਕੀ। ਸਮਝਾਓ, ਸੈਂਟਰ ਲੌਕ ਵਾਲੀ ਗੱਡੀ ਸੇਫ ਹੈ ਜਾਂ ਕਿਹੜੀ ਗੱਡੀ ਜ਼ਿਆਦਾ ਸੇਫ ਹੈ? ਜੇ ਆਪਾਂ ਮੰਨੀਏ ਕਿ ਵੀ ਹਾਂ ਇਹਦੇ ਤੇ ਖਤਰਾ ਘੱਟ ਹੈ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਗਨਲ ਚਲਾ ਜਾਂਦਾ ਹੈ ਜਾਂ ਵਾਇਰਲੈਸ ਕੀ ਹੈ, ਸਭ ਤੋਂ ਈਜ਼ੀ ਕਿਹੜੀ ਗੱਡੀ ਚੋਰੀ ਕਰਨੀ ਹੈ ਚੋਰ ਦੇ ਲਈ? ਜਿਸ ਗਾੜੀ ਮੇਂ ਸੈਂਟਰ ਲੌਕਿੰਗ ਨਹੀਂ ਹੈ, ਮਤਲਬ ਜੋ ਬਿਲਕੁਲ ਹੀ ਬੇਸਿਕ ਹੈ, ਜੇ ਮੰਨ ਲੀਜੀਏ ਆਪ ਬੇਸ ਮਾਡਲ ਕਿਸੀ ਗਾੜੀ ਕਾ ਲੈ ਲੇਤੇ ਜਿਸਮੇਂ ਸੈਂਟਰ ਲੌਕਿੰਗ ਵੀ ਨਹੀਂ ਆਤੀ, ਜਿਵੇਂ ਆਲਟੋ ਵਗੈਰਾ ਕੇ ਬੇਸ ਮਾਡਲ ਮੇਂ ਸੈਂਟਰ ਲੌਕਿੰਗ ਵੀ ਨਹੀਂ ਆਤੀ, ਉਸਕੋ ਚੋਰੀ ਕਰਨਾ ਸਭ ਸੇ ਆਸਾਨ ਮਾਨਾ। ਸਭ ਤੋਂ ਈਜ਼ੀ ਹੈ ਤੇ ਸਭ ਤੋਂ ਔਖੀ ਕਿਹੜੀ ਹੈ?
सबसे मुश्किल वो होगी जो कनेक्टेड फीचर्स के साथ आती है, जिसके अंदर आपके फोन में आपको सब कुछ मिलता रहता है। उन गाड़ियों में जैसे स्कॉर्पियो में भी आजकल ये फीचर आने लग गया है नई वाली में, जिसके अंदर अगर आपकी गाड़ी अनलॉक होती है तो आपके फोन पे मैसेज आ जाता है कि आपकी गाड़ी अनलॉक हुई है। अगर आपकी गाड़ी स्टार्ट हुई है तो आपको फोन पे मैसेज आ जाएगा कि आपकी गाड़ी स्टार्ट हुई है। तो उनको चोरी करना बहुत मुश्किल हो जाता है, क्योंकि अगर मान लीजिए कोई चोर गाड़ी फिर भी स्टार्ट कर भी लेता है तो आपके फोन, चाहे आप ऑफिस में बैठे चाहे आप घर पे बैठे हो, आपके फोन पे अगर नोटिफिकेशन आएगी आप बोलोगे यार मेरी गाड़ी स्टार्ट कैसे होगी, तो आप आराम से उसको देख सकते हो। ऊपर से ਉਹ ਕਿਹੜੀ ਕਿਹੜੀ ਗੱਡੀ ਚ ਲੱਗ ਸਕਦਾ ਹੈ ਜਿਹੜਾ ਤੁਸੀਂ ਫੀਚਰ ਕਹਿ ਰਹੇ ਹੋ ਕਿ ਫੋਨ ਚ ਮੈਸੇਜ ਆ ਜਾਏਗਾ, ਕਿਹੜੀ ਕਿਹੜੀ ਗੱਡੀ ਚ ਲੱਗ ਸਕਦਾ? ਸਰ ਦੇਖਿਏ ਐਸਾ ਹੈ ਕਿ ਅੱਜ ਦੀ ਡੇਟ ਮੇ ਬਹੁਤ ਗਾੜੀਓ ਮੇ ਤੋ ਪਹਿਲੇ ਸੇ ਕੰਪਨੀ ਸੇ ਹੀ ਆਨੇ ਲੱਗ ਗਿਆ ਹੈ, ਜੈਸੇ ਕੀਆ ਕੀ ਸੈਲਟੋਸ ਹੋ ਗਈ, ਸਕਾਰਪੀਓ ਹੋ ਗਈ, ਬਹੁਤ ਗਾੜੀਓ ਮੇ ਤੋ ਕੰਪਨੀ ਸੇ ਹੀ ਆਨੇ ਲੱਗ ਗਿਆ ਹੈ। ਬਟ ਅਗਰ ਆਪਕੀ ਗਾੜੀ ਮੇ ਨਹੀਂ ਵੀ ਹੈ ਤੋ ਬਹੁਤ ਸਾਰੀ ਐਸੀ ਕੰਪਨੀਜ਼ ਹੈ ਜੋ ਅਲਗ ਸੇ ਆਪ ਇੱਕ ਡਿਵਾਈਸ ਹੋਤਾ ਹੈ ਛੋਟਾ ਸਾ, ਜ਼ਿਆਦਾ ਮਤਲਬ 3-4 ਹਜ਼ਾਰ ਸੇ ਸ਼ੁਰੂ ਹੋ ਜਾਤਾ ਹੈ, ਮਹਿੰਗੇ ਜਾਣੇ ਕੋ ਆਪ 10-15 ਹਜ਼ਾਰ ਕਾ ਵੀ ਲਗਵਾ ਸਕਤੇ ਹੋ, ਬਟ ਅਗਰ ਆਪ ਵੋ ਲਗਵਾ ਲੇਂਗੇ ਤੋ ਆਪ ਕਿਸੀ ਵੀ ਗਾੜੀ ਮੇ ਲਗਵਾ ਸਕਤੇ ਹੋ। ਉਹ ਤੁਹਾਡੀ ਗੱਡੀ ਫਿਰ ਨੋਟੀਫਿਕੇਸ਼ਨ ਆਉਣ ਲੱਗ ਜਾਏ ਤੁਹਾਡੇ ਮੋਬਾਈਲ 'ਚ। ਬਿਲਕੁਲ, ਆਪਕੀ ਗਾੜੀ ਜਬ ਵੀ ਸਟਾਰਟ ਹੋਗੀ ਤਬ ਆਪਕੋ ਨੋਟੀਫਿਕੇਸ਼ਨ ਆ ਜਾਏਗੀ, ਆਪਕੀ ਗਾੜੀ ਕਹਾਂ ਖੜੀ ਹੈ ਤਬ ਆਪਕੋ ਨੋਟੀਫਿਕੇਸ਼ਨ ਆ ਜਾਏਗੀ। ਅੱਛਾ, ਉਹ ਇੱਕ ਤਰ੍ਹਾਂ ਦਾ ਟਰੈਕਰ ਵੀ ਉਹੀ ਹੋਏਗਾ, ਉਹਦੇ ਵਿੱਚ ਸਾਰਾ ਕੁਝ ਹੋਏਗਾ। ਬਿਲਕੁਲ ਬਿਲਕੁਲ, ਯਹਾਂ ਤੱਕ ਕਿ ਆਪ ਗਾੜੀ ਕੀ ਸਪੀਡ ਵਗੈਰਾ ਵੀ ਦੇਖ ਸਕਦੇ ਹੋ ਕਿ ਜਬ ਆਪਨੇ ਗਾੜੀ ਲਾਸਟ ਟਾਈਮ ਚਲਾਈ ਹੈ ਤੋ ਆਪਕੀ ਗਾੜੀ ਕੀ ਸਪੀਡ ਕਿਤਨੀ ਸਪੀਡ ਤੱਕ ਲੈ ਕੇ ਗਏ ਹੋ ਆਪ। ਉਹ ਇੱਕ ਐਪ ਦੀ ਮਦਦ ਨਾਲ ਹੋ ਗਿਆ, ਐਪ ਹੋਏਗਾ। ਬਿਲਕੁਲ ਬਿਲਕੁਲ ਬਿਲਕੁਲ, ਐਪ ਕੇ ਥਰੂ ਆਪ ਸਭ ਕੁਝ ਦੇਖ ਸਕਦੇ ਹੋ। ਅੱਛਾ, ਇਸ ਤੋਂ ਇਲਾਵਾ ਜਿਵੇਂ ਆਹ ਗੱਡੀ ਖੜੀ ਆ, ਇਹ ਗੱਡੀ ਦੇ ਵਿੱਚ ਹੋਰ ਕਿਹੜੇ ਕਿਹੜੇ ਆਪਾਂ ਲੋਕ ਆ ਜਿਹੜੇ ਉਹ ਲਾ ਸਕਦੇ ਜਿਹਦੇ ਨਾਲ ਸੇਫ ਗੱਡੀ ਮੰਨੀ ਜਾਵੇ? ਇੱਕ ਸਭ ਤੋਂ ਪਹਿਲਾਂ ਪੁਰਾਣਾ ਇੱਕ ਚੱਲਦਾ ਸੀ, ਜਦੋਂ ਮਰੂਤੀ ਗੱਡੀ ਚੱਲਦੀ ਸੀ ਤੋ ਗੇਅਰ ਨੂੰ ਇੱਕ ਲੋਕ ਜਿਹਾ ਲਾ ਆਉਂਦੇ ਸਰੀਏ ਜਿਹਦਾ, ਉਹ ਬੜਾ ਮਜ਼ਬੂਤ ਸੀਗਾ। ਇੱਕ ਹਾਕੀ ਵਰਗਾ ਲੋਕ ਜਿਹਾ ਹੁੰਦਾ ਸੀ, ਹੈਂਡਲ ਨੂੰ ਸਟੀਅਰਿੰਗ ਨੂੰ ਲਾ ਦਈਦਾ ਸੀ ਥੱਲੇ। ਤੇ ਇਦਾਂ ਦੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ? ਮੈਂ ਤਾਂ ਬੜੀ ਪੁਰਾਣੀ ਗੱਲ ਕਰ ਰਿਹਾ, ਸਸਤੀ ਗੱਲ ਕਰ ਰਿਹਾ। ਸਰ ਦੇਖੀਏ ਐਸਾ ਹੈ ਕਿ ਵਹੀ ਆਪਨੇ ਬਿਲਕੁਲ ਸਹੀ ਬੋਲਾ, ਗੇਅਰ ਲੋਕਸ ਔਰ ਸਟੀਅਰਿੰਗ ਲੋਕਸ ਤੋ ਆਜ ਕੀ ਡੇਟ ਮੇ ਵੀ ਆਤੇ ਹੈ, ਔਰ ਮੈਂ ਉਨਕੋ ਯੇ ਨਹੀਂ ਬੋਲੂੰਗਾ ਕਿ ਵੋ ਪੁਰਾਣੇ ਹੋ ਗਏ ਤੋ ਵੋ ਯੂਜ਼ਲੈਸ ਹੋ ਗਏ। ਉਨਕੋ ਅਭੀ ਵੀ ਅਗਰ ਆਪ ਯੂਜ਼ ਕਰੋਗੇ ਤੋ ਆਪਕੀ ਗਾੜੀ ਕੋ ਚੋਰੀ ਕਰਨਾ ਬਹੁਤ ਮੁਸ਼ਕਿਲ ਹੋ ਜਾਤਾ ਹੈ। ਮੈਂ ਯੇ ਨਹੀਂ ਬੋਲੂੰਗਾ ਕਿ ਚੋਰੀ ਹੋ ਹੀ ਨਹੀਂ ਸਕਤੀ, ਬਟ ਬਹੁਤ ਮੁਸ਼ਕਿਲ ਹੋ ਜਾਤਾ ਹੈ। ਲੇਕਿਨ ਆਜ ਕੀ ਡੇਟ ਮੇ ਨਏ ਟਾਈਪ ਕੇ ਲੋਕਸ ਵੀ ਆ ਗਏ, ਜੈਸੇ ਮੈਂ ਆਪਕੋ ਬਤਾਇਆ ਨਾ ਇੰਜਨ ਇਮੋਬਲਾਈਜ਼ਰ ਜੋ ਗਾੜੀਓ ਮੇ ਆਤਾ ਹੈ, ਆਪ ਇੱਕ ਐਕਸਟਰਨਲ ਇਮੋਬਲਾਈਜ਼ਰ ਵੀ ਲਗਾ ਸਕਤੇ ਹੋ। ਉਸਸੇ ਹੋਤਾ ਯੇ ਹੈ ਕਿ ਆਪਕੀ ਗਾੜੀ ਕੇ ਅੰਦਰ ਵੋ ਕਹੀਂ ਨਾ ਕਹੀਂ ਆਪ ਛੁਪਾ ਕੇ ਲਗਾ ਸਕਤੇ ਹੋ, ਔਰ ਆਪਕੀ ਗਾੜੀ ਸਟਾਰਟ ਸਿਰਫ ਔਰ ਸਿਰਫ ਤਬ ਹੋਗੀ ਅਗਰ ਆਪ ਉਸਕੇ ਅੰਦਰ ਪਿਨ ਸਹੀ ਡਾਲਤੇ ਹੋ। ਅੱਛਾ, ਉਹ ਜਿਹੜਾ ਤੁਸੀਂ ਵਿੱਚ ਉਹਦੇ ਸਿਸਟਮ ਲਾਓ ਚ ਪਿਨ ਪਾਉਣਾ ਪਏਗਾ? ਹਾਂਜੀ ਹਾਂਜੀ। ਤੋ ਅਗਰ ਆਪਨੇ ਆਪਕਾ ਜੋ ਵੀ ਆਪਨੇ ਪਿਨ ਸੈੱਟ ਕੀਆ ਹੈ, ਸਿਰਫ ਅਗਰ ਵੋ ਪਿਨ ਆਪਨੇ ਸੈੱਟ ਕੀਆ ਹੈ ਔਰ ਵਹੀ ਆਪਨੇ ਪਿਨ ਡਾਲਾ ਹੈ, ਤੋ ਆਪਕੀ ਗਾੜੀ ਸਟਾਰਟ ਹੋਗੀ, ਵਰਨਾ ਦੁਨੀਆ ਕਾ ਜ਼ੋਰ ਲਗਾ ਲ ਗਾੜੀ ਸਟਾਰਟ ਨਹੀਂ ਹੋਗੀ। ਇਹ ਕੀ ਚੀਜ਼ ਹੈ, ਉਹ ਕਿੱਥੇ ਲੱਗਦੀ ਹੈ? ਮਤਲਬ ਗਾੜੀ ਕੇ ਇਲੈਕਟ੍ਰੋਨਿਕਸ ਦੇ ਸਾਥ ਉਸਕੋ ਮੈਚਿੰਗ ਕਰਨੀ ਪੜਤੀ ਹੈ, ਉਸਕੀ ਵਾਇਰਸ ਕੀ। ਤੋ ਅਗੇਨ ਬਹੁਤ ਸਾਰੀ ਐਸੀ ਐਕਸਟਰਨਲ ਕੰਪਨੀਜ਼ ਹੋਤੀ ਹੈ। ਇਹ ਵੀ ਛੁਪਾ ਕੇ ਲਾਈ ਜਾਂਦੀ ਹੈ? ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਆਪਕੇ ਸਟੀਅਰਿੰਗ ਕੇ ਪਿੱਛੇ ਲੱਗ ਜਾਏਗੀ, ਡੈਸ਼ਬੋਰਡ ਕੇ ਅੰਦਰ ਲੱਗ ਜਾਏਗੀ, ਜੋ ਕਿ ਐਸੇ ਮਤਲਬ ਕਭੀ ਅਗਰ ਆਪ ਦੂਰ ਸੇ ਗਾੜੀ ਦੇਖੋਗੇ ਆਪਕੋ ਪਤਾ ਨਹੀਂ ਲੱਗੇਗਾ ਐਸੀ ਕੋਈ ਚੀਜ਼ ਲੱਗੀ ਹੋਈ ਹੈ ਗਾੜੀ। ਉਹਦਾ ਫਿਰ ਕੋਡ ਕਿੱਥੋਂ ਚੱਲਣਾ, ਫੋਨ ਚ ਪਾਉਣਾ ਪਏਗਾ? ਡਿਪੈਂਡ ਕਰਦਾ ਹੈ ਆਪਕੀ, ਡਿਫਰੈਂਟ ਡਿਫਰੈਂਟ ਟਾਈਪ ਹਰ ਇੱਕ ਕੰਪਨੀ ਅਲੱਗ ਅਲੱਗ ਟਾਈਪ ਕਾ ਬਣਾਤੇ, ਕਈ ਲੋਕ ਫੋਨ ਸੇ ਵੀ ਬਣਾਤੇ, ਕਈ ਲੋਕ ਗਾੜੀ ਕੇ ਅੰਦਰ ਹੀ ਛੁਪਾ ਹੋਏ, ਕਈ ਕੀਪੈਡ ਮੰਨ ਲਓ ਗਲਵ ਬਾਕਸ ਕੇ ਅੰਦਰ ਵੋ ਇੱਕ ਕੀਪੈਡ ਬਣਾ ਦੇਗੇ, ਕਹੀਂ ਪੇ ਵੀ ਆਪ ਲਗਾ ਸਕਤੇ ਹੋ, ਵੋ ਡਿਪੈਂਡ ਕਰਦਾ ਹੈ ਕਿ ਆਪ ਪ੍ਰੋਡਕਟ ਕਿਆ ਖਰੀਦ ਰਹੇ ਹੋ। ਅੱਛਾ, ਉਹ ਕਿੰਨੇ ਕੁ ਦਾ ਹੈਗਾ, ਉਹਦਾ ਨਾਮ ਕੀ ਹੈ? ਸਰ ਮੇਰੇ ਕੋ ਐਗਜੈਕਟਲੀ ਆਈਡੀਆ ਨਹੀਂ ਹੈ ਉਸਕੇ ਬਾਰੇ ਮੈਂ, ਬਟ ਮਹਿੰਗੀ ਹੋਤੀ ਹੈ ਉਹ ਚੀਜ਼, ਕੁਛ 25-30 ਹਜ਼ਾਰ ਸੇ ਆਸ ਪਾਸ ਸ਼ੁਰੂਆਤ ਹੋ ਜਾਤੀ ਹੈ, ਜਹਾਂ ਤੱਕ ਮੁਝੇ ਲੱਗਤਾ ਹੈ, ਬਟ ਗਲਤ ਵੀ ਹੋ ਸਕਦਾ। ਨਾਮ ਕੀ ਉਹਨੂੰ ਆਪਾਂ ਬੋਲਦੇ? ਮੁਝੇ ਆਈਡੀਆ ਨਹੀਂ ਉਸਕਾ। ਅੱਛਾ, ਸਿਸਟਮ ਇਦਾਂ ਦਾ, ਟੈਕਨੋਲੋਜੀ ਆ ਗਈ ਵੈਸੇ? ਬਟ ਹਾਂਜੀ ਹਾਂਜੀ, ਐਸੀ ਟੈਕਨੋਲੋਜੀ ਆ ਚੁੱਕੀ ਹੈ, ਮੈਨੇ ਸੁਣਾ ਵੀ ਹੈ, ਮਤਲਬ ਬਾਹਰ ਕੇ ਦੇਸ਼ੋ ਮੇ ਤੋ ਮੈਨੇ ਸੁਣਾ ਹੈ ਲੋਗੋਂ ਨੇ ਐਕਚੁਅਲੀ ਲਗਵਾਇਆ ਵੀ ਹੋਇਆ ਹੈ, ਸਪੈਸ਼ਲੀ ਜੋ ਮਤਲਬ ਬਹੁਤ ਸੁਪਰ ਕਾਰਸ, ਲੈਂਬੋਰਗਿਨੀ ਵਗੈਰਾ ਜੋ ਲੋਕ ਗਾੜੀਆਂ ਰੱਖਦੇ ਹਨ, ਉਨ੍ਹਾਂ ਮੇ ਤੋ ਬਹੁਤ ਗਾੜੀਓ ਮੇ ਲੋਗੋਂ ਨੇ ਲਗਵਾਇਆ ਹੈ ਬਾਹਰ। ਤਾਂ ਜਿੱਦਾਂ ਟੈਕਨੋਲੋਜੀ ਦੀ ਗੱਲ ਕੀਤੀ ਹੈ, ਇਹ ਤਾਂ ਹੋ ਗਈ ਗੱਡੀ ਦੀ ਸੇਫਟੀ, ਕਿ ਗੱਡੀ ਦੇ ਵਿੱਚ ਕਿਹੜੇ ਕਿਹੜੇ ਫੀਚਰ ਜਿਹੜੇ ਨੇ ਉਹ ਰੱਖੇ ਜਾ ਸਕਦੇ ਨੇ ਤਾਂ ਗੱਡੀ ਨੂੰ ਜਿਹੜਾ ਹੈਗਾ ਸੇਫ ਕੀਤਾ ਜਾ ਸਕਦਾ। ਹੁਣ ਇੱਕ ਹੋਰ ਵੱਡੀ ਸਮੱਸਿਆ, ਗੱਡੀ ਖੜੀ ਹੈ ਘਰ ਦੇ ਬਾਹਰ ਖੜੀ ਹੈ, ਰਾਤ ਨੂੰ ਬੰਦਾ ਠਲਦਾ, ਟਾਇਰ ਵਧੀਆ ਗੋਲ ਗੋਲ ਕਾਲੇ ਕਾਲੇ ਧੋ ਕੇ ਬੰਦਾ ਠਲਦਾ, ਤੜਕੇ ਜਦੋਂ ਆਉਂਦਾ ਟਾਇਰ ਲੱਭਦੇ ਨਹੀਂ, ਗੱਡੀ ਇੱਟਾਂ 'ਤੇ ਹੁੰਦੀ ਹੈ। ਤਾਂ ਇਹ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਕਿਹਨੂੰ ਰੋਕਿਆ? ਪ੍ਰਵੀਨ ਸਾਡੇ ਨਾਲ ਨੇ,
ਪ੍ਰਵੀਨ ਵੀ ਐਕਸਪਰਟ ਨੇ, ਇਹ ਵੀ ਗੱਡੀਆਂ ਨੂੰ ਸੇਫ ਕਰਨ ਦੇ ਵਿੱਚ ਮਦਦ ਕਰਦੇ ਨੇ, ਟੈਕਨੋਲੋਜੀ ਦੇ ਐਕਸਪਰਟ ਨੇ ਕਿ ਕਿਵੇਂ ਕਿਵੇਂ ਗੱਡੀਆਂ ਸੇਫ ਕੀਤੀਆਂ ਜਾਂਦੀਆਂ। ਅੱਛਾ ਪ੍ਰਵੀਨ ਜੀ, ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਕਿ ਕਈ ਵਾਰੀ ਤਾਂ ਨਾ ਜਿਹਦੇ ਨਾਲ ਘਟਨਾ ਵਾਪਰੀ ਹੁੰਦੀ ਉਹ ਤਾਂ ਵਿਚਾਰਾ ਦੁਖੀ ਹੁੰਦਾ, ਪਰ ਵੇਖਣ ਵਾਲਾ ਨਾ ਫੋਟੋ ਦੇਖ ਕੇ ਕਈ ਆਉਂਦੀ ਆ ਜਦੋਂ ਖਬਰ ਤੇ ਘਲਾਸਦਾ ਵੀ ਹੈ ਇੱਟਾਂ ਦੀ ਕੀਤੀ ਪਈ ਹੈ। ਇਹ ਜਿਹੜੀਆਂ ਇੱਟਾਂ ਦੇ ਗੱਡੀਆਂ ਕਰ ਦਿੰਦੇ ਆ ਜਾਂ ਇੱਦਾਂ ਦਾ ਹੋਰ ਚੀਜ਼ਾਂ ਖੋਲ ਲੈਂਦੇ ਆ, ਕੀ ਇਹਨੂੰ ਬਚਾਇਆ ਜਾ ਸਕਦਾ, ਰੋਕਿਆ ਜਾ ਸਕਦਾ ਚੋਰਾਂ ਤੋਂ? ਹਾਂਜੀ, ਇਹਦੇ ਵਿੱਚ ਇਸ ਤਰ੍ਹਾਂ ਹੈਗਾ, ਇਹਦਾ ਇੱਕ ਨੱਟ ਆਉਂਦਾ ਹੈਗਾ ਜਿਹੜਾ ਕਿ ਲੋਕ ਨੱਟ ਹੁੰਦਾ, ਜਿਵੇਂ ਆਪਣੀ ਗੱਡੀ ਦੇ 5 ਨੱਟ ਹੁੰਦੇ ਆ ਨਾ, ਉਹਦੇ ਵਿੱਚ ਇੱਕ ਨੱਟ ਲੋਕ ਲਾਈਟ ਹੁੰਦਾ, ਉਹ ਨੋ ਆਪਾਂ ਇੱਕ ਨੱਟ ਕੱਢ ਕੇ ਲੋਕ ਨੱਟ ਲਾ ਦਿਓ, ਉਸਦਾ ਐਲਗੀ ਤੁਹਾਡੇ ਕੋਲ ਹੀ ਹੋਏਗੀ ਜੀ, ਉਸ ਐਲਕੀ ਦੇ ਨਾਲ ਤੁਹਾਡੇ ਕੋਲ ਹੀ ਐਲਕੀ ਹੋਊਗੀ, ਉਹਦਾ ਲੋਕ ਹੁੰਦਾ ਆ, ਹੋਰ ਕੋਈ ਖੋਲ ਹੀ ਨਹੀਂ ਸਕਦਾ, 90% ਕੋਈ ਵੀ ਬੰਦਾ ਨੱਟ ਨਹੀਂ ਉਹ ਚੇਂਜ ਕਰਵਾਉਂਦਾ। ਤੇ ਅੱਜ ਪਰ ਜੇ ਤੁਸੀਂ ਉਹ ਲੋਕ ਕੀ ਉਹਦੇ ਤੇ ਲਾ ਦਿੱਤੀ ਤਾਂ ਉਹ ਕੀ ਤਾਂ ਫਿਰ ਹੋਰ ਵੀ ਕਿਤੋਂ ਮਿਲ ਜਾਏਗੀ, ਉਹਦੇ ਨਾਲ ਦੀ ਹੋਰ ਮਿਲ ਜਾਏਗੀ? ਉਸ ਕੀ ਨੂੰ ਬਣਾਉਣਾ ਬਹੁਤ ਔਖਾ ਆ, 90% ਗੱਡੀਆਂ ਜਿਹੜਾ ਕੋਈ ਲੋਕ ਨੱਟ ਲਗਵਾਉਂਦਾ ਹੀ ਨਹੀਂ ਬੰਦਾ, ਕੋਈ 5-7% ਬੰਦੇ ਲੋਕ ਨੱਟ ਲਗਵਾਉਂਦੇ ਆ, ਨਹੀਂ ਤਾਂ ਨਹੀਂ ਕੋਈ ਨਹੀਂ ਲਗਵਾਉਂਦਾ। ਅੱਜ ਕੱਲ੍ਹ ਬੜੇ ਬੜੇ ਵਧੀਆ ਜੈਕ ਆ ਗਏ ਆ, ਫੋਨ ਦੀ ਬੈਟਰੀ ਦੇ ਨਾਲ ਚਾਰਜ ਹੋ ਕੇ ਇਲੈਕਟ੍ਰੋਨਿਕ ਜੈਕਾਂ ਲਗਾ ਕੇ ਇੱਟਾਂ ਨਾਲ ਲਾ ਕੇ ਬੰਦਾ ਟਾਇਰ ਖੋਲ ਕੇ ਲੈ ਜਾਂਦਾ ਹੈਗਾ। ਨਹੀਂ ਤੇ ਜਿਹੜਾ ਉਹ ਹੈ ਉਹ ਹਰ ਜਿਹੜਾ ਨੱਟ ਹੈ ਉਹਦੀ ਸਪੈਸ਼ਲ ਕੀ ਹੁੰਦੀ? ਉਹਦੀ ਸਪੈਸ਼ਲ ਕੀ ਹੁੰਦੀ ਹੈ? ਉਹ ਕੋਡ ਵਾਲੀ ਕੀ ਹੁੰਦੀ ਹੈ ਜੀ, ਉਹ ਲੱਗੇਗੀ ਬਣਾਏਗੀ ਤਾਂ 5ਵਾਂ ਨੱਟ ਉਸੇ ਵੇਲੇ ਖੁੱਲੇਗਾ, ਵੈਸੇ ਖੁੱਲੇਗਾ ਨਹੀਂ ਜੀ। ਚਾਰ ਸਿੰਪਲ ਰਹਿਣਗੇ, ਇੱਕੋ ਸਪੈਸ਼ਲ ਲੱਗੇ? ਹਾਂਜੀ ਹਾਂਜੀ, ਇੱਕ ਸਿਪਣਾ ਲੋਕ ਐਲਕੀ ਵਾਲਾ ਨੱਟ ਹੋਏਗਾ, ਚਾਰੇ ਟਾਇਰਾਂ 'ਚ ਇੱਕ ਨੱਟ ਬਸ ਚੇਂਜ ਕਰਾਉਣਾ ਚਾਹੀਦਾ। ਚਾਰਾਂ ਦੀ ਚਾਬੀ ਇੱਕੋ ਹੋਏਗੀ? ਚਾਬੀ ਇੱਕ ਹੋਏਗੀ ਜੀ। ਉਹ ਕਿੱਦਾਂ ਕੱਲੀ ਉੱਪਰੋਂ ਬਦਲਣਾ ਪੈਂਦਾ ਹੈ ਜਾਂ ਉਹਦਾ ਕਿੰਨਾ ਪ੍ਰੋਸੈਸ, ਕਿੰਨਾ ਮਹਿੰਗਾ? ਉਸ ਕੋਈ ਜ਼ਿਆਦਾ ਖਾਸ ਮਹਿੰਗਾ ਨਹੀਂ ਹੈ, ਨਾਟੋ 1000-1200 ਰੁਪਏ ਦੇ ਨੱਟ ਚਾਰੋਂ ਮਿਲ ਜਾਂਦੇ ਹੈਗੇ ਆ, ਉਹਨਾਂ ਐਲਐਲਕੀ ਆਉਂਦੀ ਹੈਗੀ ਹੈ, ਹਰ ਗੱਡੀ ਦੀ ਅਲੱਗ ਅਲੱਗ ਐਲਐਲਕੀ ਆਉਂਦੀ ਹੈ, ਚੋਰਾਂ ਨੂੰ ਬਣਾਉਣੀ ਬਹੁਤ ਔਖੀ ਹੁੰਦੀ ਹੈ। ਆਹੋ ਤੇ ਇੰਨੀਆਂ ਕਿੰਨੀਆਂ ਨਾਲ ਲੈ ਕੇ ਆਊ ਚੋਰ? ਦੂਸਰਾ ਨੰਬਰ ਜਿਹੜੇ ਇਹ ਨੱਟ ਆਉਂਦੇ ਆ, ਇਹ 90% ਹਰ ਗੱਡੀ ਨੂੰ ਪਾਨਾ ਇੱਕ ਹੀ ਲੱਗਦਾ ਹੈਗਾ ਜੀ, ਕੋਈ 5-7 ਗੱਡੀਆਂ ਹੈਗੀਆਂ ਜਿਸਦੇ ਵਿੱਚ 15%, ਦੂਸਰਾ 40 ਨੰਬਰ 35 ਨੰਬਰ ਪਾਨਾ ਲੱਗ ਗਿਆ, ਉਹ 3-4 ਪਾਨੇ ਉਹਨਾਂ ਨੂੰ ਰੱਖਣੇ ਆਸਾਨ ਹੁੰਦੇ ਆ। ਅੱਛਾ ਪ੍ਰਵੀਨ ਜੀ, ਜਿਵੇਂ ਤੁਸੀਂ ਕਿਹਾ ਕਿ ਉਹ ਚਲ ਵੱਖਰੀ ਸਪੈਸ਼ਲ ਕੀ ਲੱਗ ਜਾਏਗੀ, ਤਾਂ ਇਹ ਨੱਟ ਥੋੜੇ ਜਿਹੇ ਕੋਈ ਸਪੈਸ਼ਲ ਵੀ ਹੁੰਦੇ ਆ? ਐਸਾ ਤਾਂ ਨਹੀਂ ਅਗਲਾਰੀ ਦਾ ਬਲੇਡ ਵੀ ਨਾਲ ਲਿਆਵੇ, ਦੂਜੇ ਖੋਲ ਦੇ ਕਵੜ ਦੇ? ਨਹੀਂ ਨਹੀਂ, ਇਹ ਨੱਟ ਸਪੈਸ਼ਲ ਹੁੰਦੇ ਆ, ਵੈਸੇ ਮਰਸਰੀ ਵਗੈਰਾ ਗੱਡੀ ਦੇ ਵਿੱਚ ਅੱਜ ਕੱਲ੍ਹ ਲੱਗ ਕੇ ਆਉਂਦੇ ਹੈਗੇ ਆ, ਵੱਡੀ ਗੱਡੀਆਂ ਚ ਆਉਂਦੇ ਹੈਗੇ, ਜਿਹੜੇ 2012 ਤੋਂ ਪਹਿਲਾਂ ਦੀਆਂ ਗੱਡੀਆਂ ਉਹਨਾਂ 'ਚ ਕੋਈ ਨੱਟ ਇਸ ਤਰ੍ਹਾਂ ਦਾ ਲੱਗ ਕੇ ਨਹੀਂ ਆਉਂਦਾ ਹੈਗਾ। ਚੱਲ ਤਾਂ ਆਪਾਂ ਵੱਡੀ ਗੱਡੀ ਦੀ ਗੱਲ ਕਰੀ ਜਾਂਦੇ ਹਾਂ, ਮੇਰੇ ਵਰਗੇ ਕੋਲ ਜਿਹਦੇ ਕੋਲ ਸਧਾਰਨ ਗੱਡੀ ਆ ਉਹਦੇ 'ਚ ਵੀ ਉਹ ਨੱਟ ਲੱਗ ਸਕਦਾ, ਕੋਈ ਕਰੇਟਾ ਹੋ ਗਈ, ਕੋਈ ਓਨ ਹੋ ਗਈ, ਕੋਈ ਆਲਟੋ ਹੋ ਗਈ, ਕੋਈ ਛੋਟੀ ਗੱਡੀ 'ਚ ਵੀ ਲੱਗ ਸਕਦਾ? ਤਾਂ ਸਰ ਮਰੂਤੀ 'ਚ ਵੀ ਲੱਗ ਜਾਂਦਾ ਜੀ ਐਲਐਲਕੀ ਵਾਲਾ ਨੱਟ, ਜਿਹੜੀ ਮਰਜ਼ੀ ਗੱਡੀ ਦੇ ਵਿੱਚ ਲਾ ਲਓ ਜੀ, ਗੱਲ 1000 ਰੁਪਇਆ ਲਾਉਣਾ ਪਊਗਾ, ਲਾਉਣਾ ਪਊਗਾ ਜੀ, ਉਹਨਾਂ ਸੇਫ ਆ ਜੀ, ਤੁਹਾਡੇ ਚਾਰੇ ਅਲੋਏ ਟਾਇਰ ਸੇਫ ਆ ਜੀ। ਅੱਛਾ, ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸੇਫਟੀ ਫੀਚਰ ਆ ਜੇ ਗੱਡੀ ਨੂੰ ਆਪਾਂ ਬਚਾਉਣਾ? ਹਾਲਾਂਕਿ ਹੁਣੇ ਰਾਘਵ ਸਾਡੇ ਨਾਲ ਸੀਗਾ, ਰਾਘਵ ਸਾਨੂੰ ਦੱਸ ਰਹੇ ਸੀ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਹੋਰ ਤੁਹਾਡੇ ਧਿਆਨ ਦੇ ਵਿੱਚ ਕਿਉਂਕਿ ਤੁਸੀਂ ਇਹਨਾਂ ਚੀਜ਼ਾਂ ਨਾਲ ਜੁੜੇ ਹੋਏ ਹੋ, ਕਿਹੜੇ ਕਿਹੜੇ ਐਸੀਆਂ ਚੀਜ਼ਾਂ ਜਿਹੜੀਆਂ ਆਪਾਂ ਗੱਡੀ 'ਚ ਲਾ ਦਈਏ ਤਾਂ ਫਿਰ ਘੱਟੋ ਘੱਟ ਰਾਤ ਨੂੰ ਆਰਾਮ ਨਾਲ ਸੌਂ ਜਾਈਏ, ਰਾਤ ਨੂੰ ਗੱਡੀ ਜਿੱਥੇ ਖੜੀ ਹੈ ਤੜਕੇ ਉੱਥੇ ਖੜੀ ਹੋਊਗੀ? ਸਰ ਅੱਜ ਕੱਲ੍ਹ ਕੈਮਰੇ ਬਹੁਤ ਆ ਗਏ ਹੈਗੇ ਆ, ਲਾਈਵ ਕੈਮਰੇ ਆ ਗਏ ਹੈਗੇ ਆ, ਆਪਣਾ ਇੱਕ ਫਰੰਟ ਔਰ ਰੀਅਰ ਕੈਮਰਾ ਰਿਕਾਰਡ ਕਰਦਾ ਹੈਗਾ, ਆਪਾਂ ਘਰੇ ਬੈਠੇ ਲਾਈਵ ਦੇਖ, ਉੱਥੇ ਸਿਮ ਕਾਰਡ ਪੈ ਜਾਂਦਾ, ਆਪਾਂ ਲਾਈਵ ਘਰੇ ਬੈਠੇ ਦੇਖ ਸਕਦੇ ਆਪਣੀ ਗੱਡੀ ਕਿੱਥੇ ਖੜੀ ਆ, ਕੌਣ ਲੈ ਕੇ ਗਿਆ, ਜਿਵੇਂ ਗੱਡੀ ਸਟਾਰਟ ਕਰਦੇ ਤੁਹਾਨੂੰ ਮੈਸੇਜ ਆਏਗਾ ਜੀ। ਅੱਜ ਕੱਲ੍ਹ ਇਸ ਤਰ੍ਹਾਂ ਦੇ ਬਹੁਤ ਫਿਊਚਰ ਆ ਗਏ ਨਵੇਂ ਨਵੇਂ। ਅੱਛਾ, ਜਿਵੇਂ ਕੈਮਰੇ ਪਹਿਲਾਂ ਲੱਗੇ, ਜਦੋਂ ਮੇਰੀ ਗੱਡੀ ਆ ਉਹ 'ਚ ਪਿੱਛੇ ਵੀ ਕੈਮਰਾ ਲੱਗਾ, ਮੂਹਰੇ ਵੀ ਲੱਗਾ ਵਾ, ਉਹਨਾਂ ਕੈਮਰਿਆਂ ਦੇ ਨਾਲ ਹੀ ਉਹ ਸਿਸਟਮ ਲੱਗ ਜਾਏਗਾ? ਨਹੀਂ, ਉਹ ਜਿਹੜੇ ਕੈਮਰੇ ਆਪਾਂ ਸਿਰਫ ਅੱਗੇ ਪਿੱਛੇ ਦੇਖਣ ਵਾਸਤੇ ਲਾਉਂਦੇ ਹਾਂ, ਅਤੇ ਜਿਹੜੇ ਅੱਜ ਕੱਲ੍ਹ ਕੈਮਰੇ ਆ ਗਏ ਹੈਗੇ ਉਹ ਸਿਮ ਕਾਰਡ ਵਾਲੇ ਆ ਗਏ ਹੈਗੇ ਆ, ਉਹਦੇ ਨਾਲ ਤੁਸੀਂ ਲਾਈਵ ਗੱਡੀ ਦੇਖ ਰਹੇ ਹਾਂ, ਤੁਸੀਂ ਚਾਹੇ ਬੰਬੇ ਬੈਠੇ ਆ, ਤੁਸੀਂ ਬੰਬੇ ਬੈਠੇ ਆਪਣੀ ਗੱਡੀ ਚੰਡੀਗੜ੍ਹ ਦੇਖ ਸਕਦੇ, ਕਿੱਥੇ ਖੜੀ ਹੈਗੀ ਆ, ਕਿੱਥੇ ਜਾ ਰਹੀ ਹੈਗੀ ਆ, ਕਿਆ ਹੈਗਾ, ਅੰਦਰ ਲੱਗੇਗਾ ਉਹ? ਹਾਂਜੀ, ਉਹ ਅੰਦਰ ਲੱਗੇਗਾ ਸੀਸੇ ਦੇ ਫਰੰਟ 'ਤੇ, ਕੌਣ ਅੱਗੇ ਪਿੱਛੇ ਜਾ ਰਿਹਾ ਸਾਰਾ ਹੀ ਉਹਦੇ ਵਿੱਚ ਆਪਣੇ ਰਿਕਾਰਡਿੰਗ ਹੋਏਗੀ ਜੀ। ਤਾਂ ਹੋਰ ਇਸ ਤੋਂ ਇਲਾਵਾ ਗੇਅਰ ਲੋਕ ਜਾਂ ਅੰਦਰ ਗੱਡੀ ਦੇ ਵਿੱਚ ਕੋਈ ਐਸੇ ਲੋਕ ਲਾਏ ਜਾ ਸਕਦੇ ਗੱਡੀ ਸੁਰੱਖਿਅਤ ਹੋਵੇ? ਗੇਅਰ ਲੋਕ ਜਿਹੜਾ ਹੈਗਾ ਜੀ ਉਹ ਛੋਟੀਆਂ ਗੱਡੀਆਂ 'ਚ ਲੱਗਦਾ ਹੈ, ਮਰਸਰੀ ਵਗੈਰਾ ਗੱਡੀਆਂ ਵਿੱਚ ਗੇਅਰ ਲੋਕ ਨਹੀਂ ਲੱਗਦਾ ਹੈਗਾ,
ਤੇ ਦੂਸਰਾ ਨੰਬਰ ਆਪਾਂ ਜਿੱਦਾਂ ਇਹਨਾਂ ਦੀ ਸਿਫਟ ਆਪਾਂ ਚਾਬੀ ਬਣਾਉਣੀ ਆ ਫਲਿੱਪ ਕੀ, ਬੜਾ ਧਿਆਨ ਰੱਖਣਾ ਚਾਹੀਦਾ। ਜਿਵੇਂ ਮੈਂ ਬਰੀਜ਼ਾ ਵਗੈਰਾ 'ਚ ਨੋਟ ਕੀਤਾ ਹੈਗਾ ਵੀ ਫਲਿੱਪ ਕੀ ਆਪਾਂ ਬਣਾ ਤਾਂ ਲੈਂਦੇ ਹਾਂ ਫੋਲਡਿੰਗ ਚਾਬੀ ਬਰੀਜ਼ਾ ਵਗੈਰਾ 'ਚ, ਉਸ ਚਾਬੀ ਦੇ ਨਾਲ ਚਾਰ ਚਾਰ ਗੱਡੀਆਂ ਇਕੱਠੀਆਂ ਖੁੱਲ ਜਾਂਦੀਆਂ ਜੀ। ਉਹ ਕਿੱਦਾਂ ਇੱਕ ਚਾਬੀ ਨਾਲ ਚਾਰ ਗੱਡੀਆਂ? ਚਾਰ ਚਾਰ ਗੱਡੀਆਂ ਖੁੱਲ ਜਾਂਦੀਆਂ, ਮੈਂ ਖੁਦ ਅਜਮਾ ਕੇ ਦੇਖਿਆ ਹੈਗਾ। ਉਹ ਵੀ ਚੋਰੀ ਹੋਣ ਦੇ ਕਾਫੀ ਸੋਰਸ ਹੈਗੇ ਆ। ਉਹਦੇ ਤੋਂ ਫਿਰ ਕਿਵੇਂ ਬਚਾਇਆ ਜਾ ਸਕਦਾ? ਉਸੇ ਤੋਂ ਇਹੀ ਆ ਵੀ ਬਰੀਜ਼ਾ ਦੀ ਜਿੱਦਾਂ ਚਾਬੀ ਵਗੈਰਾ ਆਉਂਦੀ ਹੈ, ਤੇ ਮੈਂ ਤਾਂ ਇਹੀ ਕਹਾਂ ਬਰੀਜ਼ਾ ਦੀ ਚਾਬੀ ਬਣਾਉਣੀ ਨਹੀਂ ਚਾਹੀਦੀ। ਬਰੀਜ਼ਾ ਦੀ ਓਨਲੀ ਵਨ ਚਾਬੀ ਚਾਰ ਚਾਰ ਗੱਡੀਆਂ ਖੋਲ ਦਿੰਦੀ ਹੈ ਅਗਰ ਆਪਾਂ ਜਿਹੜੀ ਆਪਾਂ ਚਾਬੀ ਬਾਹਰੋਂ ਬਣਵਾਉਣੇ ਬਾਹਰੋਂ ਬਣਵਾਉਂਦੇ ਹਾਂ ਜੀ। ਮੈਂ ਖੁਦ ਨੋਟ ਕੀਤਾ ਹੈਗਾ ਜੀ ਇਹ। ਓਰੀਜਨਲ ਚਾਬੀ ਯੂਜ਼ ਕਰੋ, ਓਰੀਜਨਲ ਚਾਬੀ ਯੂਜ਼ ਕਰੋ, ਕਿਉਂਕਿ ਉਹ ਫਲਿੱਪ ਕੀ ਦੇ ਨਾਲ ਚਾਰ ਚਾਰ, ਮੇਰੇ ਕੋਲ ਖੁਦ ਬਰੀਜ਼ਾ ਹੈਗੀ ਹੈ, ਮੇਰੀ ਆਪਣੀ ਚਾਬੀ ਨਾਲ ਤਿੰਨ ਤਿੰਨ ਗੱਡੀਆਂ ਖੁੱਲਦੀਆਂ ਜੀ। ਅੱਛਾ, ਤੇ ਜੇ ਮੰਨ ਲਓ ਚਾਬੀ ਗੁਆਚ ਗਈ ਜਾਂ ਕੋਈ ਇਦਾਂ ਦੀ ਗੱਲ ਹੋ ਗਈ ਤਾਂ ਫਿਰ ਉਹ ਸਿਸਟਮ ਵੀ ਚੇਂਜ ਕਰਵਾਓ ਪੂਰਾ ਲੋਕ ਦਾ? ਨਹੀਂ, ਸਿਸਟਮ ਨਾ ਚੇਂਜ ਕਰਾਓ, ਉਹਦੀ ਓਰੀਜਨਲ ਹੀ ਚਾਬੀ ਫਲਿੱਪ ਨਾ ਬਣਾਓ, ਸਿੰਪਲ ਚਾਬੀ ਬਣਾਓ। ਓਰੀਜਨਲ ਜਿਹੜੇ ਫਲਿੱਪ ਹੈਗੀ ਆ ਉਹ ਚਾਈਨੀਜ਼ ਰਿਮੋਟ ਹੈਗਾ, ਉਹ ਹਰ ਇੱਕ ਗੱਡੀ ਨਾਲ ਮੈਚ ਹੋ ਜਾਂਦਾ। ਅੱਛਾ, ਹਾਂਜੀ। ਤਾਂ ਵਾਕਈ ਕਈ ਚੀਜ਼ਾਂ ਤਾਂ ਐਸੀਆਂ ਦੱਸ ਰਹੇ ਆ ਜਿਹੜੀਆਂ ਸ਼ਾਇਦ ਆਪਾਂ ਕਦੇ ਸੁਣੀਆਂ ਵੀ ਨਹੀਂ ਹੋਣੀਆਂ, ਤੇ ਆਪਾਂ ਰਾਤ ਨੂੰ ਸੋਨੇ ਆ, ਗੱਡੀ ਬਾਹਰ ਖੜੀ ਆ, ਮਹਿੰਗੀ ਗੱਡੀ ਹੈ ਜੀ, ਸੇਫ ਹੈ, ਜਾਂ ਫਿਰ ਲਓ ਜੀ ਗੱਡੀ 'ਚ ਆਹ ਲੋਕ ਲੱਗਾ, ਆਹ ਸਿਸਟਮ ਲੱਗਾ, ਤੇ ਸਾਡੀ ਗੱਡੀ ਨੂੰ ਕੋਈ ਫਿਕਰ ਨਹੀਂ, ਕੋਈ ਚੋਰ ਇਹਨੂੰ ਚੋਰੀ ਨਹੀਂ ਕਰ ਸਕਦਾ। ਪਰ ਹੁਣ ਬੜੇ ਸੇਫਟੀ ਫੀਚਰ ਵੀ ਆ ਗਏ ਨੇ, ਤੁਹਾਨੂੰ ਉਹਨਾਂ ਦਾ ਵੀ ਧਿਆਨ ਰੱਖਣਾ ਪਊਗਾ। ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਹੁਣ ਦੱਸਣ ਦੀ ਕੋਸ਼ਿਸ਼ ਵੀ ਕੀਤੀ ਆ, ਹਾਲਾਂਕਿ ਕਹਿੰਦੇ ਆ ਕਿ ਭਾਈ ਚੋਰ ਤਾਂ ਗਾਂ ਤੋਂ ਗਾਂ ਪਏ ਆ, ਪਰ ਜੇ ਤੁਸੀਂ ਥੋੜ੍ਹਾ ਜਿਹੀਆਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਸਧਾਰਨ ਚੋਰ ਜਾਂ ਘੱਟੋ ਘੱਟ ਤੁਹਾਡੀ ਗੱਡੀ ਦੇ 50-60% ਚਾਂਸ ਤਾਂ ਐਸੇ ਹੋ ਜਾਣਗੇ ਕਿ ਤੁਹਾਡੀ ਗੱਡੀ ਸੁਰੱਖਿਅਤ ਰਹੇਗੀ। ਅਤੇ ਜੇ ਤੁਸੀਂ ਇਹਨਾਂ ਚੀਜ਼ਾਂ ਦੇ ਵੀ ਧਿਆਨ ਨਹੀਂ ਰੱਖੋਗੇ ਤਾਂ ਫਿਰ ਹੋ ਸਕਦਾ ਰਾਤ ਨੂੰ ਤੁਸੀਂ ਗੱਡੀ ਠੱਲ ਕੇ ਸੌਂ ਅਤੇ ਤੜਕੇ ਤੁਹਾਨੂੰ ਕੈਬ ਕਰਾ ਕੇ ਜਾਣਾ ਪਵੇ। ਇਸ ਕਰਕੇ ਆਪਣੀ ਗੱਡੀਆਂ ਦੇ ਵਿੱਚ ਸੇਫਟੀ ਫੀਚਰ ਹੈ ਜਿਹੜੇ, ਉਹ ਜ਼ਰੂਰ ਤੁਸੀਂ ਇੰਸਟਾਲ ਕਰਾਓ ਤਾਂ ਕਿ ਤੁਹਾਡੀ ਗੱਡੀ ਸੁਰੱਖਿਅਤ ਰਹਿ ਸਕੇ। ਕੈਮਰਾਮੈਨ ਸਨਮਪ੍ਰੀਤ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਚੰਡੀਗੜ੍ਹ।